ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਵੈਰੀ ਮੱਚ ਜੀ ਡਾਕਟਰ ਸਾਹਿਬ। ਅੱਜ 1 ਅਕਤੂਬਰ 2015 1500 ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਵਿਸ਼ਿਆਂ ਨਾਲ। ਡਾਕਟਰ ਸਾਹਿਬ ਦੇਖੋ, ਅੱਜ ਅਸੀਂ ਫਿਰ ਦੁਖੀ ਹਿਰਦੇ ਨਾਲ ਇਸ ਪ੍ਰੋਗਰਾਮ ਨੂੰ ਸ਼ੁਰੂ ਕਰ ਰਹੇ ਹਾਂ। ਅੱਜ ਅਕਤੂਬਰ ਦੀ ਸ਼ੁਰੂਆਤ ਹੈ, ਪਹਿਲਾ ਦਿਨ ਹੈ, ਔਰ ਅਮਰੀਕਾ ਦੀ ਹਿਸਟਰੀ 'ਚ ਔਰ ਖਾਸ ਤੌਰ 'ਤੇ ਕਰੰਟ ਪੀਰੀਅਡ 'ਚ ਪਿਛਲੇ ਕੁਛ ਸਾਲਾਂ ਦੇ ਵਿੱਚ ਇੰਨੀ ਤੇਜ਼ੀ ਨਾਲ ਮਾਸ ਸ਼ੂਟਿੰਗਸ ਦਾ ਨੰਬਰ ਵੱਧਦਾ ਜਾ ਰਿਹਾ ਕਿ ਇਹ ਬੜਾ ਜ਼ਰੂਰੀ ਹੈ ਕਿ ਸੁਸਾਇਟੀ ਜਿਹੜੀ ਪ੍ਰੋਗਰੈਸਿਵ ਸੁਸਾਇਟੀ ਹੈ, ਜਿਸ ਨੇ 200-250 ਸਾਲ ਦੇ ਸਮੇਂ 'ਚ ਬਹੁਤ ਕੁਛ ਗਲਤ ਬਦਲੇ ਹੈ, ਠੀਕ ਵੱਲ ਕਦਮ ਵਧਾਏ ਨੇ, ਔਰ ਅੱਜ ਵੀ ਅਮਰੀਕਾ ਨੂੰ ਦੁਨੀਆ ਭਰ 'ਚ ਇੱਕ ਬੀਕੌਨ ਆਫ ਹੋਪ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਕਿਸੇ ਖਿੱਤੇ 'ਚ ਬੈਠਾ ਕੋਈ ਵੀ ਬੰਦਾ ਜਿਹੜਾ ਉਹ ਅਮਰੀਕਾ ਆਉਣਾ ਚਾਹੁੰਦਾ ਹੈ, ਕਿਉਂਕਿ ਇਹ ਉਹ ਡਰੀਮ ਹੈ ਜਿਹੜਾ ਕਿ ਅਮੈਰੀਕਨ ਡਰੀਮ ਜਿਸ ਨੂੰ ਕਹਿੰਦੇ ਨੇ, ਜਾਂ ਜਿੱਥੇ ਆ ਕੇ ਹਰ ਕੋਈ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਸਕਦਾ, ਥੱਲਿਓਂ ਸ਼ੁਰੂ ਕਰਕੇ ਉੱਪਰ ਤੱਕ ਜਾ ਸਕਦਾ। ਪਰ ਜਿਹੜੀਆਂ ਕੁਛ ਬਿਮਾਰੀਆਂ ਇਸ ਸਮਾਜ ਨੂੰ ਚੰਬੜੀਆਂ ਨੇ, ਉਹਨਾਂ ਦੇ ਵਿੱਚ ਇਹ ਇਸ ਕਿਸਮ ਦਾ ਪਾਗਲਪਨ, ਔਰ ਜਿਹੜੀ ਘਟਨਾ ਅੱਜ ਵਾਪਰੀ ਓਰੀਗਨ ਸਟੇਟ ਦੇ ਰੋਜ਼ਬਰਗ ਟਾਊਨ ਦੇ ਵਿੱਚ, ਇਹ ਰੋਜ਼ਬਰਗ ਜਿਹੜਾ ਹੈ ਲਗਭਗ 170 ਮੀਲ ਪੋਰਟਲੈਂਡ ਜਿਹੜਾ ਮਸ਼ਹੂਰ ਟਾਊਨ ਹੈ ਉਸ ਤੋਂ ਦੂਰ ਹੈ, ਉੱਥੋਂ ਦਾ ਕਮਿਊਨਿਟੀ ਕਾਲਜ, ਜਿੱਥੇ 3000 ਦੇ ਕਰੀਬ ਸਟੂਡੈਂਟ ਨੇ, ਔਰ ਉਸ ਕਾਲਜ ਦੇ ਇੱਕ ਕਲਾਸਰੂਮ ਦੇ ਵਿੱਚ ਇੱਕ 20 ਸਾਲਾ ਛੋਕਰੇ ਨੇ ਆ ਕੇ ਲੌਂਗ ਗਨ ਦੇ ਨਾਲ ਫਾਇਰਿੰਗ ਕੀਤੀ, ਔਰ ਹੁਣ ਤੱਕ ਦੀਆਂ ਖਬਰਾਂ ਮੁਤਾਬਕ ਜਿਹੜਾ ਅਟਰਨੀ ਜਨਰਲ ਓਰੀਗਨ ਦਾ ਹੈ ਉਹਦੇ ਕਹਿਣ ਮੁਤਾਬਕ 13 ਸਟੂਡੈਂਟ ਮਾਰੇ ਗਏ ਔਰ 20 ਤੋਂ ਜ਼ਿਆਦਾ ਜ਼ਖਮੀ ਨੇ, ਔਰ ਜਿਹੜਾ ਕਿਲਰ ਹੈ ਉਹ ਵੀ ਮਾਰਿਆ ਗਿਆ। ਔਰ ਇਸ ਘਟਨਾ ਤੋਂ ਆਮ ਬੰਦਾ ਤਾਂ ਦੁਖਤ ਹੈ ਜਾਂ ਪ੍ਰਭਾਵਿਤ ਹੈ, ਈਵਨ ਜਦੋਂ ਕਿ ਤੁਸੀਂ ਲੀਡਰ ਆਫ ਦਾ ਦੇ ਕੰਟਰੀ ਦੀ ਗੱਲ ਕਰਦੇ ਹੋ, ਪ੍ਰੈਜੀਡੈਂਟ ਓਬਾਮਾ, ਉਸਨੇ ਵੀ ਕਿਸ ਕਦਰ ਆਪਣੀ ਫਰਸਟ੍ਰੇਸ਼ਨ ਜ਼ਾਹਰ ਕੀਤੀ ਹੈ। ਉਹਨੇ ਪ੍ਰੈਜੀਡੈਂਟ ਓਬਾਮਾ ਦੇ ਹੀ ਮੈਂ ਐਗਜੈਕਟ ਸ਼ਬਦ ਦੁਹਰਾਉਣਾ ਚਾਹਾਂਗਾ, ਔਰ ਇਹ BBC ਰਿਪੋਰਟਿੰਗ ਹੈ ਕਿ ਇਹ ਵਿਜ਼ੀਬਲੀ ਫਰਸਟ੍ਰੇਟਿਡ ਪ੍ਰੈਜੀਡੈਂਟ ਬਰਾਕ ਓਬਾਮਾ ਡਿਮਾਂਡਿਡ ਟਾਈਟਰ ਗਨ ਲਾਸ, ਸੇਇੰਗ prayers are no longer enough. ਨਹੀਂ ਤਾਂ ਯੂਜਲੀ ਇਹ ਹੁੰਦਾ ਹੈ ਕਿ ਵੀ ਆਰ ਪ੍ਰੇਇੰਗ ਫਾਰ ਦਾ ਡੈਡ ਐਂਡ ਲੈਟ ਵੀ ਟੇਕ ਕੇਅਰ ਆਫ ਦਾ ਅਦਰਸ, ਪਰ ਉਹਨਾਂ ਨੇ ਕਿਹਾ ਵੀ ਕਿੰਨੀ ਕੁ ਦੇਰ, ਕਦੋਂ ਕੁ ਤੱਕ ਅਸੀਂ ਪ੍ਰੇਅਰਸ ਕਰਦੇ ਜਾਵਾਂਗੇ, ਪ੍ਰੇਅਰਸ ਆਰ ਨੋ ਲੋਂਗਰ ਇਨਫ, ਸੱਚ ਸ਼ੂਟਿੰਗਸ ਐਂਡ ਹਿਸ ਓਨ ਰਿਸਪੋਂਸ ਹੈਡ ਬਿਕਮ ਰੂਟੀਨ, ਹੀ ਸੈਡ ਬੇਅਰਲੀ ਕੰਸੀਲਿੰਗ ਹਿਸ ਐਕਸ ਐਸਪੈਰੇਸ਼ਨ। ਉਹਨੇ ਕਿਹਾ ਇਹਦਾ ਰੂਟੀਨ ਬਣ ਗਈ ਚੌਥੇ ਦਿਨ, ਅਸੀਂ ਇਹੀ ਕਹੀ ਜਾਈਏ ਵੀ ਪ੍ਰੇਅਰਸ। ਫਿਰ ਉਹਨੇ ਕਿਹਾ we are not the only country on earth with mental illness or with people who want to harm to each other, but we are the only country that these mass shootings happen every month. unne kaha ji is duniya de pagal sare sade kol hi nahi hage, sariyan thaavan te ne, par jadon jehde oh pagal jehde ik dooje da nuksan karna chahunde ne, ਪਰ ਇਹ ਸਾਡੇ ਹੀ ਮੁਲਕ ਦੇ ਵਿੱਚ ਕਿਉਂ ਬਾਰ ਬਾਰ ਇਹ ਹੋ ਰਿਹਾ। ਫਿਰ ਉਹਨੇ ਰੈਫਰਿੰਗ ਟੂ ਏ BBC ਇੰਟਰਵਿਊ ਇਨ ਵਿੱਚ ਹੀ ਟਾਕਡ ਅਬਾਊਟ ਦਿਸ, ਹੀ ਸੈਡ ਕੰਟਰੀਜ਼ ਲਾਈਕ ਦਾ UK, ਦਾ ਆਸਟ੍ਰੇਲੀਆ ਸ਼ੋਡ ਦੈਟ ਇਫੈਕਟਿਵ ਲੈਜਿਸਲੇਸ਼ਨ ਵਾਜ ਪੋਸੀਬਲ, ਕਿ ਇਹਨਾਂ ਮੁਲਕਾਂ 'ਚ ਆਸਟ੍ਰੇਲੀਆ ਔਰ UK ਦੇ ਵਿੱਚ ਕੋਈ ਗਨ ਕੰਟਰੋਲ ਲਾਜ ਨੇ, ਔਰ ਇਸ ਦੇ ਨਾਲ ਤੁਸੀਂ ਇਸ ਕਿਸਮ ਦੇ ਜਿਹੜੇ ਮੈਂਟਲੀ ਸਿੱਕ ਲੋਕ ਨੇ, ਪਾਗਲ ਨੇ ਜਾਂ ਰੇਸਿਸਟ ਨੇ ਜਾਂ ਪਤਾ ਨਹੀਂ ਕੀ ਨੇ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ, ਕਿਉਂਕਿ ਬਹੁਤੇ ਇਸ ਕਿਸਮ ਦੇ ਮਾਸ ਸ਼ੂਟਰ ਅਲਟੀਮੇਟਲੀ ਮਾਰੇ ਜਾਂਦੇ ਨੇ ਪੁਲਿਸ ਦੀ ਗੋਲੀ ਨਾਲ, ਕਿਉਂਕਿ ਜੇ ਉਹਨਾਂ ਨੂੰ ਨਾ ਮਾਰਨ, ਪਤਾ ਨਹੀਂ ਉਹਨਾਂ ਨੇ ਕਿੰਨਿਆਂ ਨੂੰ ਹੋਰ ਮਾਰਨਾ ਹੁੰਦਾ, ਸੋ ਬਹੁਤਿਆਂ ਦੇ ਇਰਾਦੇ ਸਾਹਮਣੇ ਵੀ ਨਹੀਂ ਆਉਂਦੇ। ਪਰ ਜਦੋਂ ਉਹਨਾਂ ਦੀ ਤੁਸੀਂ ਹਿਸਟਰੀ ਟਰੈਕ ਕਰਦੇ ਹੋ, ਜਿਵੇਂ ਵਿਸਕੌਨਸਨ ਦੇ ਓਕਰੀ ਗੁਰਦੁਆਰਾ ਸਾਹਿਬ 'ਚ ਜਿਹੜੇ ਗੋਰਾ ਨਸਲਵਾਦੀ ਨੇ 6 ਸਿੱਖਾਂ ਨੂੰ ਮਾਰਿਆ, ਉਸ ਦੀ ਜਦੋਂ ਹਿਸਟਰੀ ਨਿਕਲੀ ਤਾਂ ਉਹ ਨਾਜ਼ੀ ਬੈਕਗਰਾਊਂਡ, ਔਰ ਹੁਣ ਓਰੀਗਨ ਜਿਹਦੇ ਵਿੱਚ ਰੇਸਿਜ਼ਮ ਕਾਫੀ ਰਿਹਾ ਇੱਕ ਸਟੇਜ 'ਤੇ, ਔਰ ਇਹੀ ਕਾਰਨ ਰਿਹਾ ਉੱਥੇ ਕਿ ਵੀ ਮੈਨੂੰ ਯਾਦ ਹੈ ਇੱਕ ਸਿੱਖ ਸਟੂਡੈਂਟ ਜਿਹੜੇ ਹੁਣ ਸੈਕਰਾਮੈਂਟੋ 'ਚ ਨੇ ਇੰਜੀਨੀਅਰ, ਉੱਥੇ ਓਰੀਗਨ ਯੂਨੀਵਰਸਿਟੀ 'ਚ ਪੜ੍ਹਦੇ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ, ਇਹ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੋਣੀ ਹੈ, ਉਹਨਾਂ ਨੇ ਕਿਹਾ ਜੀ ਵੀ ਮੈਂ ਆਪਣੇ ਕੇਸ ਕਤਲ ਨਹੀਂ ਸੀ ਕਰਵਾਉਣਾ ਚਾਹੁੰਦਾ, ਪਰ ਪੱਗ ਨਾਲ ਮੇਰੀ ਰੋਜ਼ਾਨਾ ਲੜਾਈ ਹੋ ਜਾਂਦੀ ਸੀ ਕਿਸੇ ਨਾ ਕਿਸੇ ਨਾਲ, ਇਸ ਕਿਸਮ ਦਾ ਸੀ। ਫਿਰ ਕਹਿੰਦੇ ਵੀ ਮੈਂ ਗੁਰੂ ਦੇ ਅੱਗੇ ਅਰਦਾਸ ਕਰਕੇ ਕਿਹਾ ਕਿ ਬਾਬਾ ਮੈਨੂੰ ਕੋਈ ਰਸਤਾ ਦੱਸੋ। ਫਿਰ ਉਹਨਾਂ ਨੇ ਕਿਹਾ ਜੀ ਮੈਂ ਜਿੰਨੀ ਦੇਰ ਵੀ ਉੱਥੇ ਪੜ੍ਹਿਆ 4 ਸਾਲ, ਮੈਂ ਜਿਹੜਾ ਉਹ ਵਾਲ ਪਿੱਛੇ ਸੁੱਟ ਲੈਂਦਾ ਸੀ,
ਪੱਗ ਨਹੀਂ ਸੀ ਮੈਂ ਬੰਨਦਾ, ਐਤਵਾਰ ਮੈਨੂੰ ਕਹਿੰਦੇ ਸ਼ਰਮ ਤਾਂ ਆਉਂਦੀ ਸੀ, ਮੈਂ ਆਪਣਾ ਮੂੰਹ ਨਹੀਂ ਸੀ ਸ਼ੀਸ਼ੇ 'ਚ ਦੇਖਦਾ, ਪਰ ਕਿਉਂਕਿ ਉਹ ਬਹੁਤ ਸਾਰੇ ਮੈਕਸੀਕੇ ਜਾਂ ਦੂਜਿਆਂ ਨੇ ਜਿਹੜਾ ਕੀਤਾ ਹੁੰਦਾ, ਅਤੇ ਇਸ ਤਰ੍ਹਾਂ ਮੈਂ ਆਪਣਾ ਸਰੂਪ ਵੀ ਬਚਾਇਆ। ਔਰ ਮੈਂ ਜਦੋਂ ਫਿਰ ਵੀਕਐਂਡ 'ਤੇ ਜਾਂ ਕਦੇ ਮਹੀਨੇ ਬਾਅਦ ਆਉਣਾ ਤਾਂ ਮੈਂ ਦਸਤਾਰ ਸਜਾ ਲੈਂਦਾ ਸੀ ਆਪਣੇ ਜਦੋਂ ਘਰ ਆਉਂਦਾ ਸੀ। ਸੋ ਇਹ ਬਹੁਤ ਪੁਰਾਣੀ ਗੱਲ ਹੈ। ਸੋ ਜ਼ਾਹਰ ਹੈ ਕਿ ਵੀ ਹੁਣ ਮਾਰਨ ਵਾਲਾ ਤਾਂ ਮਾਰਿਆ ਗਿਆ, ਉਹਦਾ ਇੱਕ ਹਾਲਾਂਕਿ ਸਟੋਰੀ ਕਿਤੇ ਹੈ ਕਿ ਉਹਨੇ ਆਪਣਾ ਇਰਾਦਾ ਕੁਛ ਜ਼ਾਹਰ ਕੀਤਾ ਹੋਇਆ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੀ ਕਈ ਕੁਛ ਚੱਲ ਰਿਹਾ ਹੁੰਦਾ। ਸੋ ਅਸੀਂ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ ਪਰਿਵਾਰਜਨਾਂ ਦੇ ਨਾਲ, ਔਰ ਇਹ ਆਸ ਕਰਦੇ ਹਾਂ ਕਿ ਇਸ ਸੁਸਾਇਟੀ ਦੇ ਵਿੱਚ ਜਿਹੜਾ ਇਹ ਹਿੰਸਕ ਰੁਝਾਨ, ਔਰ ਉਹਦੇ 'ਚ ਇਹ ਠੀਕ ਹੈ ਕਿ ਜਿਹੜੀ ਸੈਕਿੰਡ ਅਮੈਂਡਮੈਂਟ ਹੈ US ਕਾਂਸਟੀਟਿਊਸ਼ਨ ਦੀ, ਔਰ ਰਾਈਟ ਟੂ ਬੀਅਰ ਐਂਡ ਵੇਅਰ ਆਰਮਸ ਦਿੰਦੀ ਹੈ, ਪਰ ਕੁਛ ਨਾ ਕੁਛ ਕਈ ਸਟੇਟਾਂ ਦੇ ਵਿੱਚ ਤਾਂ ਬੈਕਗਰਾਊਂਡ ਚੈੱਕ ਵੀ ਨਹੀਂ ਹੈ। ਔਰ ਮੈਂ ਜਦੋਂ ਟੈਕਸਾਸ ਜਾਂ ਦੂਸਰੀਆਂ ਸਟੇਟਾਂ 'ਚ ਜਾਂਦਾ, ਉਹ ਕਹਿੰਦੇ ਨੇ ਜੀ ਇੱਥੇ ਤਾਂ ਤੁਸੀਂ ਜਿਵੇਂ ਗੋਭੀ ਲੈਂਦੇ ਹੋ ਜਾਂ ਦੂਜੇ ਢੇਰ ਲੱਗੇ ਹੁੰਦੇ ਨੇ ਜਦੋਂ ਇਹਨਾਂ ਦੇ ਗਨ ਫੇਅਰ ਲੱਗਦੇ ਨੇ, ਉੱਥੇ ਤੁਸੀਂ ਜੋ ਮਰਜ਼ੀ ਬਾਏ ਕਰੋ, ਕਿੰਨੇ ਕਿੰਨੇ ਇੱਕ ਇੱਕ ਜਿਹੜਾ 10 ਹਥਿਆਰ ਤੁਸੀਂ ਰੱਖੋ। ਸੋ ਕੋਈ ਹੁਣ ਓਰੀਗਨ 'ਚ ਮੈਨੂੰ ਨਹੀਂ ਪਤਾ ਵੀ ਕੀ ਗਨ ਲਾਜ਼ ਨੇ, ਹੋ ਸਕਦਾ ਉੱਥੇ ਵੀ ਇਸ ਕਿਸਮ ਦਾ ਹੀ ਹੋਏ। ਸੋ ਕਿਤੇ ਨਾ ਕਿਤੇ ਇਹ ਤੁਸੀਂ ਦੇਖਦੇ ਹੋ ਕਿ ਬਈ ਬੇਸ਼ੱਕ ਸਾਡੇ ਲਈ ਸਿੱਖ ਨੁਕਤਾ ਨਿਗਾਹ ਤੋਂ ਕਈ ਵਾਰ ਇਹ ਸਾਰੇ ਨੂੰ ਇੰਟਰਪ੍ਰੇਟ ਕਰਨਾ, ਇਹ ਦੋ ਪਾਸੜ ਸਾਡੀ ਡਿਬੇਟ ਹੈ ਜੀ, ਲੇਕਿਨ ਮੈਂ ਸਮਝਦਾ ਵੀ ਜੇ ਗੁਰੂ ਨੇ ਸਾਨੂੰ ਕਿਰਪਾਨ ਦਿੱਤੀ ਹੈ ਅਤੇ ਮਿਆਨ ਦੇ ਵਿੱਚ ਦਿੱਤੀ ਹੈ, ਉਸ ਦੇ ਉੱਤੇ ਵੀ ਅਸੀਂ ਜਿਹੜਾ ਜਿਹਨੂੰ ਲੋਕ ਭਾਵੇਂ ਉਹ ਇੱਕ ਕੱਪੜੇ ਦੇ ਰੂਪ 'ਚ ਹੀ ਹੁੰਦਾ, ਔਰ ਫਿਰ ਅਸੀਂ ਉਸ ਨੂੰ ਜਿਹੜਾ ਉਸ ਦਾ ਇਸਤੇਮਾਲ ਕਦੋਂ ਕਰਨਾ, ਇਹ ਵੀ ਗੁਰੂ ਦੀ ਹਦਾਇਤ ਹੈ ਕਿ ਭਾਈ ਇਹ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ, ਹੋਰ ਤਾਂ ਤੀਸਰੀ ਕਿਸੇ ਚੀਜ਼ ਲਈ ਹੈ ਨਹੀਂ ਹੈ, ਪ੍ਰੋਟੈਕਸ਼ਨ ਆਫ ਦਾ ਡਾਊਨ ਟਰੋਡਨ ਐਂਡ ਪਨਿਸ਼ਿੰਗ ਦਾ ਟਾਇਰੈਂਟ। ਸੋ ਇਹ ਜਿੱਥੇ ਤੁਸੀਂ ਹਥਿਆਰਾਂ ਦੀ ਗੱਲ ਕਰਦੇ ਹੋ ਉਹਦੇ ਨਾਲ ਰਿਸਪੋਂਸੀਬਿਲਟੀ ਵੀ ਆਉਂਦੀ ਹੈ, ਔਰ ਜ਼ਰੂਰ ਕੁਛ ਨਾ ਕੁਛ ਇਸ ਕਿਸਮ ਦੀ ਸੀਰੀਅਸ ਡਿਬੇਟ। ਪਰ ਅਨਫੋਰਚੁਨੇਟਲੀ ਇਸ ਮੁਲਕ 'ਚ ਜਿਹੜੀ ਬਹੁਤ ਪਾਵਰਫੁਲ ਲੋਬੀ ਹੈ ਉਹ NRA ਹੈ, ਨੈਸ਼ਨਲ ਰਾਈਫਲਸ ਐਸੋਸੀਏਸ਼ਨ, ਔਰ ਬੇਸ਼ੱਕ ਜਿੰਨੀਆਂ ਪਿੱਛੋਂ ਪਿੱਛੇ ਕਿਲਿੰਗਸ ਹੁੰਦੀਆਂ ਨੇ ਕੋਈ ਨਾ ਕੋਈ ਲੈਜਿਸਲੇਸ਼ਨ ਸੈਨੇਟ ਜਾਂ ਕਾਂਗਰਸ 'ਚ ਅੱਗੇ ਨੂੰ ਤੁਰਦਾ, ਪਰ ਉਹ ਇੰਨੀ ਪਾਵਰਫੁਲ ਲੋਬੀ ਹੈ ਕਿ ਉਹ ਉਸ ਦੇ ਉੱਤੇ ਉਹ ਸਟੋਪ ਕਰ ਦਿੰਦੀ ਹੈ। ਹਾਲਾਂ ਬਹੁਤ ਵਾਰ ਜਿਹੜੇ ਫਿਰ ਮਾਰੇ ਗਏ ਨੇ ਉਹਨਾਂ ਦੇ ਪਰਿਵਾਰ ਜਾਂ ਨਹੀਂ ਆ ਕੇ ਟੈਸਟੀਫਾਈ ਕਰਦੇ ਨੇ ਕਿ ਜੀ ਇਹ ਹੋ ਰਿਹਾ ਉਹ ਹੋ ਰਿਹਾ। ਸੋ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਇਸ ਸੁਸਾਇਟੀ 'ਚ ਜਿਹੜੀ ਹੋਪ ਹੈ ਇਨਸਾਨੀਅਤ ਦੀ, ਘੱਟੋ ਘੱਟ ਇਸ ਅਰਥ ਦੇ ਉੱਤੇ ਸਾਰੇ ਦੇਖਦੇ ਨੇ, ਔਰ ਜੋ ਸਿਸਟਮ ਇੱਥੇ ਸੈੱਟ ਹੁੰਦਾ ਉਹ ਸੂਨਰ ਔਰ ਲੇਟਰ ਬਾਕੀ ਥਾਵਾਂ 'ਤੇ ਫੋਲੋ ਕੀਤਾ ਜਾਂਦਾ। ਸੋ ਐਟਲੀਸਟ ਕੁਛ ਨਾ ਕੁਛ ਬੈਕਗਰਾਊਂਡ ਚੈੱਕ, ਸੇਫਟੀ ਮੇਸ਼ਰਸ, ਔਰ ਕੋਈ ਨਾ ਕੋਈ ਜਿਹੜੀ ਹੈ ਬਾਕੀ ਜਿਹੜੇ ਅਨਆਰਮਡ ਲੋਕ ਨੇ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਸੁਸਾਇਟੀ ਨੂੰ ਕੁਛ ਕਰਨ ਦੀ ਲੋੜ ਹੈ। ਅਸੀਂ ਜਦੋਂ ਨੇਪਾਲ ਦੇ ਵਿੱਚ ਕਾਂਸਟੀਟਿਊਸ਼ਨਲ ਡਿਬੇਟ ਚੱਲ ਰਹੀ ਸੀ ਕਾਂਸਟੀਟਿਊਸ਼ਨ ਬਣਨ ਦੀ, ਅਤੇ ਉਦੋਂ ਜਦੋਂ ਅਸੀਂ ਇੱਕ ਸੈਗਮੈਂਟ ਕੀਤਾ ਇਸ ਦੇ ਉੱਤੇ ਕਿ ਕਿਵੇਂ ਇੰਡੀਆ ਇੰਟਰਫੀਅਰ ਕਰ ਰਿਹਾ ਹੈ, ਕਿਵੇਂ ਇੰਡੀਆ ਦੀ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਨੇ ਸਟੇਟਮੈਂਟ ਦਿੱਤੀ ਹੈ ਜਿਹੜੀ ਕਿ ਲਗਭਗ ਇੰਟਰਫੀਅਰਿੰਗ ਵਾਂਗ ਹੈ, ਔਰ ਜਿਹੜੇ ਇੰਡੀਅਨ ਮੀਡੀਆ ਔਰ ਟੀ ਵੀ ਚੈਨਲ ਬੜੇ ਜ਼ੋਰ ਸ਼ੋਰ ਨਾਲ ਦਿਖਾ ਰਹੇ ਨੇ ਜੀ ਕਿ ਲੋਕ ਉੱਥੇ ਸੰਤੁਸ਼ਟ ਨਹੀਂ ਨੇ ਔਰ ਉਹ ਹਿੰਦੂ ਰਾਸ਼ਟਰ ਦੁਬਾਰਾ ਚਾਹੁੰਦੇ ਨੇ ਨੇਪਾਲ ਨੂੰ, ਕਿਉਂਕਿ ਨੇਪਾਲ ਦਾ ਕਾਂਸਟੀਟਿਊਸ਼ਨ ਉਹਨਾਂ ਨੇ ਬਦਲ ਕੇ ਜਿਹੜਾ ਹਿੰਦੂ ਤੋਂ ਸੈਕੂਲਰ ਬਣਾਇਆ, ਔਰ ਜਿਹੜੇ ਪਾਰਟ ਈਵਨ ਨੇਪਾਲ ਦੇ ਨਵੇਂ ਕਾਂਸਟੀਟਿਊਸ਼ਨ ਦੇ ਵਿੱਚ ਬੜੇ ਪੋਜ਼ਿਟਿਵ ਨੇ, ਔਰ ਉਹਨਾਂ ਨੂੰ ਤੁਸੀਂ ਈਵਨ 21ਵੀਂ ਸਦੀ ਕੀ 22ਵੀਂ ਸਦੀ ਦੇ ਵੀ ਕਹਿ ਸਕਦੇ ਹੋ, ਜਿਹੜੇ ਕਿ ਅਜੇ ਸਾਊਥ ਏਸ਼ੀਆ 'ਚ ਅਨਥਿੰਕੇਬਲ ਹੈ, ਉਹਨਾਂ ਨੂੰ ਮੀਡੀਆ 'ਚ ਕਿਤੇ ਡਿਸਕਸ ਹੀ ਨਹੀਂ ਕੀਤਾ ਗਿਆ। ਉਹਨਾਂ 'ਚੋਂ ਇੱਕ ਪਾਰਟ ਹੈ ਕੈਪੀਟਲ ਪਨਿਸ਼ਮੈਂਟ ਨਾ ਹੋਣਾ, ਕਿਉਂਕਿ ਨੇਪਾਲ ਦੇ ਸੰਵਿਧਾਨ ਦੇ ਵਿੱਚ ਜਿਹੜਾ ਉਹ ਮੌਤ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਗਿਆ। ਹੁਣ ਕਿੱਥੇ ਇੰਡੀਆ ਲਾਰਜਸਟ ਡੈਮੋਕ੍ਰੇਸੀ ਅਤੇ ਕਈ ਕੁਛ ਜਿਹੜਾ ਉਹ ਤੁਰਦਾ, ਲੇਕਿਨ ਨੇਪਾਲ ਵਰਗਾ ਛੋਟਾ ਜਿਹਾ ਮੁਲਕ ਜਿਹੜਾ ਉਹਨੇ ਇਹ ਸਟੈਪ ਲਿਆ ਕਿ ਉਹਨਾਂ ਨੇ ਜਿਹੜਾ ਉਸਨੂੰ ਖਤਮ ਕਰ ਦਿੱਤਾ ਡੈਥ ਸੈਂਟੈਂਸ ਨੂੰ। ਇਸੇ ਤਰ੍ਹਾਂ ਇਹ ਵੈਸਟਰਨ ਸੁਸਾਇਟੀ ਦੀ ਗੱਲ ਹੈ, ਅਜੇ ਅਸੀਂ ਅਸੀਂ ਵੀ ਡੇਅਰ ਨਹੀਂ ਕਰ ਸਕਦੇ ਕਿ ਹੋਮੋਸੈਕਸ਼ੂਅਲ ਜਾਂ ਲੈਸਬੀਅਨਸ, ਗੇ ਲੈਸਬੀਅਨਸ ਜਿਹੜੇ ਨੇ ਉਹਨਾਂ ਦੇ ਹੱਕਾਂ ਦੀ ਗੱਲ ਜਾਂ ਉਹਨਾਂ ਨੂੰ ਕਿਵੇਂ, ਲੇਕਿਨ ਉਹਨਾਂ ਦੇ ਕਾਂਸਟੀਟਿਊਸ਼ਨ 'ਚ ਉਹਨਾਂ ਨੇ ਉਹਨਾਂ ਨੂੰ ਵੀ ਐਕੋਮੋਡੇਟ ਕੀਤਾ। ਮੈਨੂੰ ਐਗਜੈਕਟ ਤਾਂ ਨਹੀਂ ਮੈਂ ਦੇਖਿਆ ਹੈ ਕਿ ਵੀ ਵੈਦਰ ਉਸ ਮੈਰਿਜ ਨੂੰ ਅਲਾਓ ਕੀਤਾ ਹੈ ਕਿ ਕੋਈ ਹੋਰ ਹੈ, ਲੇਕਿਨ ਇਹ ਵੀ ਆਇਆ ਕਿ ਵੀ ਉਹਨਾਂ ਦਾ ਮੋਸਟ ਐਡਵਾਂਸਡ ਹੈ ਇਸ ਹਵਾਲੇ ਨਾਲ। ਫਿਰ ਬੇਸ਼ੱਕ ਇਹ ਜਿਹੜੇ ਡਿਸਟ੍ਰਿਕਟ ਇੱਧਰ ਉੱਤਰਾਖੰਡ ਔਰ ਦੂਜੇ ਨਾਲ ਲੱਗਦੇ ਨੇ ਰੌਲਾ ਪਾ ਰਹੇ ਸੀ ਜੀ ਹਿੰਦੂ ਧਰਮ ਨਾਲ, ਉਹਨਾਂ ਨੇ ਉਹਨਾਂ ਨੂੰ ਵੀ ਅਕੋਮੋਡੇਟ ਕਰਦੇ ਹਾਂ, ਗਾਂ ਨੂੰ ਐਜ਼ ਏ ਜਿਹੜਾ ਨੈਸ਼ਨਲ ਐਨੀਮਲ ਵੀ ਡਿਕਲੇਅਰ ਕੀਤਾ ਕਿ ਵੀ ਚਲੋ
ਇਸ ਪਾਠ ਨੂੰ ਹੀ ਅਸੀਂ ਜਿਹੜਾ ਹੈ ਉਹ ਅਕੋਮੋਡੇਟ ਕਰੀਏ ਜੀ। ਲੇਕਿਨ ਇਹਦੇ ਬਾਵਜੂਦ ਨਾ ਸਿਰਫ ਇੰਡੀਅਨ ਏਜੰਸੀਆਂ ਨੇ, ਔਰ ਇਹ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਹੀ ਸੀ, ਉਹਨਾਂ ਨੇ ਉੱਥੇ ਉਹਨਾਂ ਤੋਂ ਦੰਗੇ ਕਰਵਾਏ ਜਿਹੜੇ ਮਦੇਸੀ ਪਾਰਟੀਆਂ ਅਤੇ ਦੂਜੇ। ਹਾਲਾਂ 90% ਜਿਹੜੇ ਮੈਂਬਰ ਕੰਸਟੀਟਿਊਂਟ ਅਸੈਂਬਲੀ ਦੇ ਸੀ ਉਹਨਾਂ ਨੇ ਵੋਟ ਪਾ ਕੇ ਕੰਸਟੀਟਿਊਂਟ ਅਸੈਂਬਲੀ 'ਚ ਇਸ ਕੰਸਟੀਟਿਊਸ਼ਨ ਨੂੰ ਪਾਸ ਕੀਤਾ। ਹੁਣ ਤੁਸੀਂ ਇੱਕ ਤਾਂ ਹੁੰਦਾ ਵੀ ਤੁਸੀਂ ਡਿਪਲੋਮੈਟਿਕ ਪ੍ਰੈਸ਼ਰ ਰੱਖਦੇ ਹੋ, ਔਰ ਇਹ ਕਿਸ ਕਦਰ ਭੂਤਰਾਪਨ ਹੈ ਹਿੰਦੂ ਤਵੀਆਂ 'ਚ, ਔਰ ਕਿਵੇਂ ਇਹ ਇੰਟੀਮੀਡੇਟ ਕਰ ਰਹੇ ਨੇ ਆਪਣੇ ਨੇਬਰਸ ਨੂੰ ਜੀ। ਪਾਕਿਸਤਾਨ ਦੇ ਕੰਟੈਕਸਟ ਹੁਣ UN ਜਨਰਲ ਅਸੈਂਬਲੀ ਦੇ ਵਿੱਚ ਨਵਾਜ਼ ਸ਼ਰੀਫ ਨੇ ਐਡਰੈਸ ਕੀਤਾ ਪਿਛਲੇ ਕੱਲ੍ਹ, ਔਰ ਨਵਾਜ਼ ਸ਼ਰੀਫ ਨੇ ਕਿਹਾ ਕਿ ਜੀ ਅਸੀਂ ਇੰਡੀਆ ਦੇ ਨਾਲ ਚਾਹੁੰਦੇ ਹਾਂ ਚੰਗੇ ਰਿਸ਼ਤੇ, ਪਰ ਚਾਰ ਸੂਤਰੀ ਪ੍ਰੋਗਰਾਮ ਜਿਹਦੇ 'ਚ ਉਹਨੇ ਫੌਜ ਦਾ ਵਿਦਡਰਾਅ ਕਰਨਾ, ਔਰ ਦੂਸਰਾ ਔਰ ਉਹਨੇ ਕਿਹਾ ਜੀ ਸਾਨੂੰ ਇੰਟੀਮੀਡੇਟ ਨਾ ਕਰੋ, ਅਸੀਂ ਡਰਨ ਵਾਲੇ ਨਹੀਂ। ਅਤੇ ਉਸ ਤੋਂ ਅਗਲੇ ਦਿਨ ਮੋਦੀ ਤਾਂ ਇੱਥੇ ਆਪਣਾ ਸੌਦਾ ਵੇਚ ਕੇ, ਚਾਹ ਵੇਚ ਕੇ ਚਲਾ ਗਿਆ ਚਾਏ ਚਾਏ ਕਰਕੇ, ਅਤੇ ਉਹ ਜਿਹੜੀ ਰਿਪ੍ਰੈਜੈਂਟੇਸ਼ਨ ਹੈ ਇੰਡੀਆ ਦੀ ਉਹ ਸੁਸ਼ਮਾ ਸਵਰਾਜ ਨੇ ਕੀਤੀ, ਔਰ ਉਹਨੇ ਬੜੇ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕੰਡੈਮਨੇਬਲ ਤਰੀਕੇ ਦੇ ਨਾਲ ਜਾਂ ਬੜੇ ਆਪਣੇ ਆਪ ਨੂੰ ਬ੍ਰਾਹਮਣ ਸਮਝਦੇ ਹਾਂ, ਉਹਨੇ ਕਿਹਾ ਜੀ ਇਹ ਕੋਈ ਚਾਰ ਸੂਤਰੀ ਨਹੀਂ, ਸਿਰਫ ਇੱਕ ਸੂਤਰੀ ਪ੍ਰੋਗਰਾਮ ਹੈ, ਤੁਸੀਂ ਬੰਦ ਕਰੋ ਅੱਤਵਾਦ ਜੇ ਸਾਡੇ ਨਾਲ ਗੱਲਬਾਤ ਕਰਨੀ, ਔਰ ਤੁਹਾਡੇ ਜਿਹੜੇ ਦੇਸ਼ ਖੁੱਲ੍ਹੇ ਘੁੰਮ ਰਹੇ ਨੇ ਬੰਬਈ ਦੇ ਕਿਲਰ ਔਰ ਦੂਸਰਾ ਔਰ ਹੋਰ ਉੱਥੇ ਕੋਈ ਏਜੰਡਾ ਨਹੀਂ, ਸਿਰਫ 1 ਪੁਆਇੰਟ। ਉਹਨੂੰ ਕਹੋ ਜੀ ਤੁਸੀਂ ਜਿਹੜੇ ਸਮਝੌਤਾ ਐਕਸਪ੍ਰੈਸ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਅੱਜ 2 ਦਿਨ ਪਹਿਲਾਂ ਦਾਦਰੀ ਦੇ ਵਿੱਚ ਕੀ ਹੋਇਆ, ਕਿਸ ਕਿਸਮ ਦਾ ਤੁਸੀਂ ਹਿੰਦੁਸਤਾਨ ਦੇ ਵਿੱਚ ਸਲੂਕ ਕਰ ਰਹੇ ਹੋ ਘੱਟ ਗਿਣਤੀਆਂ ਦੇ ਨਾਲ, ਕਿ ਮੰਦਰ ਤੋਂ ਅਨਾਊਂਸ ਹੁੰਦਾ ਕਿ ਜੀ ਗਊ ਮਾਸ ਖਾ ਰਿਹਾ ਕੋਈ, ਹਾਂਜੀ, ਔਰ ਚੰਗਾ ਭਲਾ ਬੰਦਾ ਜਿਹਦਾ ਇੱਕ ਭਰਾ ਏਅਰਫੋਰਸ 'ਚ ਕੰਮ ਕਰਦਾ, ਮੁੰਡਾ ਉਹਦਾ ਸਿਵਲ ਸਰਵਿਸ 'ਚ ਬਹਿਣ ਵਾਲਾ, ਉਹਨੂੰ ਕੁੱਟ ਕੁੱਟ ਕੇ ਆ ਕੇ ਭੀੜ ਨੇ ਮਾਰ ਦਿੱਤਾ, ਦੂਸਰਾ ਮੁੰਡਾ ਜਿਹੜਾ ਸਿਵਲ ਸਰਵਿਸ ਲਈ ਤਿਆਰ ਉਹਨੂੰ ਸੀਰੀਅਸਲੀ ਜ਼ਖਮੀ ਕਰ ਦਿੱਤਾ। ਫਿਰ ਆ ਗਿਆ ਜੀ ਪੁਲਿਸ ਆਈ ਹੈ, ਉਹਨਾਂ ਨੇ ਜਿਹੜਾ ਮਟਨ ਫਰਿੱਜ ਦੇ ਵਿੱਚ ਪਿਆ ਸੀ ਉਹ ਕੱਢ ਕੇ ਟੈਸਟ ਲਈ ਭੇਜਿਆ ਜਾਇਆ ਜੀ, ਨਹੀਂ ਨਹੀਂ ਉਹ ਤਾਂ ਬੱਕਰੇ ਦਾ ਗੋਸ਼ਤ ਸੀ। ਔਰ ਜਿਹੜੇ BJP ਦੇ ਲੀਡਰ ਨੇ ਉੱਥੋਂ ਦੇ ਔਰ ਉਹ ਬਿਆਨਬਾਜ਼ੀਆਂ ਕਰ ਰਹੇ ਨੇ, ਹੁਣ ਕਤਲ ਕੇਸ ਰਜਿਸਟਰ ਹੋਇਆ, ਉਹ ਕਹਿੰਦੇ ਜੀ ਇਹ ਇਰਾਦਤਨ ਕਤਲ ਨਹੀਂ ਹੈ, ਉਹ ਤਾਂ ਲੋਕਾਂ ਨੂੰ ਭੜਕਾਇਆ ਗਿਆ ਇਸ ਲਈ ਉਹ ਭੜਕੇ ਕਿਉਂਕਿ ਗਲਤ ਇਨਫੋਰਮੇਸ਼ਨ ਹੋਈ, ਇਸ ਲਈ ਜਿਹੜਾ 10 ਬੰਦੇ ਫੜੇ ਨੇ ਇਰਾਦਤਨ ਕਤਲ ਦਾ ਮੁਕੱਦਮਾ ਨਾ ਕੀਤਾ ਜਾਏ। ਔਰ ਅੱਜ ਮੰਦਰ ਦੇ ਪੰਡਿਤ ਦਾ ਇੰਟਰਵਿਊ ਸੀ ਕਿ ਜੀ ਮੇਰੇ ਕੋਲ 2 ਲੜਕੇ ਆਏ ਰਾਤ ਨੂੰ, ਉਹਨਾਂ ਨੇ ਜ਼ਬਰਦਸਤੀ ਮੇਰੇ ਤੋਂ ਅਨਾਊਂਸ ਕਰਵਾਇਆ ਕਿ ਜੀ ਫਲਾਂ ਘਰ ਦੇ ਵਿੱਚ ਜਿਹੜਾ ਉਹ ਗਾਂ ਦਾ ਮਾਸ ਖਾਧਾ ਜਾ ਰਿਹਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਅੱਜ ਤੇ ਉਹਨਾਂ ਆਪਣੇ ਮੁਲਕ ਦੇ ਵਿੱਚ ਤੇ ਜਿਹੜੇ ਤੁਹਾਡੇ ਸ਼ਹਿਰੀ ਨੇ ਜਿਨ੍ਹਾਂ ਨੇ 47 ਦੇ ਵਿੱਚ ਪਾਕਿਸਤਾਨ ਜਾਣਾ ਪਸੰਦ ਨਹੀਂ ਕੀਤਾ, ਉਹਨਾਂ ਨੇ ਇੰਡੀਆ ਦੇ ਸੈਕੂਲਰ ਨੇਸ਼ਨ ਇਮੇਜ ਨੂੰ ਦੇਖਦਿਆਂ ਰਹਿਣਾ ਪਸੰਦ, ਤੁਸੀਂ ਤਾਂ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਔਰ ਸੁਸ਼ਮਾ ਸਵਰਾਜ ਇੱਥੇ ਆ ਕੇ ਜਿਹੜਾ ਉਹ ਪਾਕਿਸਤਾਨ ਨੂੰ ਲੈਸਨ ਦੇ ਰਹੀ ਹੈ। ਸੋ ਇੱਕ ਪਾਸੇ ਇਹ ਇਹਨਾਂ ਦਾ ਸਲੂਕ ਹੈ, ਨੇਪਾਲ ਪਿਛਲੇ ਕੁਛ ਦਿਨਾਂ 'ਚੋਂ ਤੋਂ ਇਹ ਸਜ਼ਾ ਦੇਣ ਦੇ ਲਈ ਨੇਪਾਲ ਨੂੰ ਕਿ ਜੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਹਿੰਦੂ ਰਾਸ਼ਟਰ ਨਹੀਂ ਮੰਨਿਆ, ਉਹਨਾਂ ਨੇ ਉਹਦੀ ਲਗਭਗ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ, ਸਾਰੇ ਟਰੱਕ ਨੇਪਾਲ ਦੀ ਨੇਪਾਲ ਭਾਰਤ ਸਰਹੱਦ ਦੇ ਉੱਤੇ ਰੁਕੇ ਹੋਏ ਨੇ, ਕਿਉਂਕਿ 1700 ਕਿਲੋਮੀਟਰ ਦੀ ਓਪਨ ਸਰਹੱਦ ਹੈ, ਔਰ ਨੇਪਾਲ ਦੇ ਵਿੱਚ ਤਾਂ ਉੱਥੋਂ ਜਾਂਦਾ ਹੈ ਸਮਾਨ, ਸ਼ਾਮ ਨੂੰ ਤਾਂ ਰੋਟੀ ਪੱਕਦੀ ਹੈ। ਇਹੀ ਕਾਰਨ ਸੀ ਕਿ 3-4 ਦਿਨ ਪਹਿਲਾਂ ਨੇਪਾਲ ਨੇ ਜਿੰਨੀਆਂ ਏਅਰਲਾਈਨਸ ਤੋੜਦੇ ਉਹਨਾਂ ਨੂੰ ਕਿਹਾ ਜੀ ਆਪਣੇ ਤੇਲ ਦਾ ਪ੍ਰਬੰਧ ਆਪ ਕਰੋ, ਔਰ ਬਿਲਕੁਲ ਉੱਥੇ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ। ਸਭ ਕੁਛ ਹੀ ਉੱਥੋਂ ਜਾਂਦਾ ਹੈ ਇੰਡੀਆ ਦੇ ਨਾਲ ਉਹਨਾਂ ਦੀ, ਕਿਉਂਕਿ ਲੈਂਡਲੌਕਡ ਕੰਟਰੀ ਹੈ। ਔਰ ਹੁਣ ਨੇਪਾਲ ਨੇ ਵੀ ਗੁੱਸੇ ਦੇ ਤੌਰ 'ਤੇ ਜਿਹੜੇ ਇੰਡੀਅਨ ਚੈਨਲ ਉੱਥੋਂ ਚੱਲਦੇ ਨੇ ਨੇਪਾਲ 'ਚ ਉਹ ਸਾਰੇ ਬੰਦ ਕਰ ਦਿੱਤੇ ਨੇ। ਸੋ ਇਹ ਇਹਨਾਂ ਦਾ ਉਸ ਦੇਸ਼ ਨਾਲ ਜਿੱਥੇ ਵੱਡਾ ਭਾਈ ਬਣੇ ਹੁੰਦੇ ਨੇ ਨੇਪਾਲ ਦੇ ਵਿੱਚ, ਨੇਪਾਲ ਨਾਲ ਉਹਨਾਂ ਦਾ ਆਰਥਿਕ ਬਲੋਕੇਡ ਕੀਤਾ, ਔਰ ਨੇਪਾਲ ਨੇ ਹੁਣ ਕਿਹਾ ਜੀ ਅਸੀਂ ਚੀਨ ਦੇ ਨਾਲ ਫਿਰ ਆਪਣੀ ਸੜਕ ਖੋਲ੍ਹਾਂਗੇ, ਆਲਰੇਡੀ ਉਹਨਾਂ ਦਾ ਚਾਈਨਾ ਨਾਲ ਵੀ ਬਾਰਡਰ ਲੱਗਦਾ, ਇੱਧਰੋਂ ਵੀ ਨੇਪਾਲ ਦਾ ਬਾਰਡਰ ਜਿਹੜਾ ਇਹ ਸਾਊਥ ਨੇਪਾਲ ਹੈ ਉਹਦਾ ਕੁਛ ਇਲਾਕਾ ਚੀਨ ਨਾਲ ਲੱਗਦਾ। ਉੱਥੇ ਇੰਡੀਅਨਸ ਨੇ ਜਿਵੇਂ ਪੰਜਾਬ ਦੇ ਵਿੱਚ ਬਈਏ ਲਿਆ ਕੇ ਵਸਾ ਕੇ ਪਾਪੂਲੇਸ਼ਨ ਇਨਬੈਲੈਂਸ ਕਰ ਰਹੇ ਨੇ, ਇਵੇਂ ਵੱਡੀ ਗਿਣਤੀ 'ਚ ਇਹਨਾਂ ਨੇ ਉੱਥੇ ਲਿਜਾ ਕੇ ਆਪਣੇ ਬੰਦੇ ਵਸਾਏ ਹੋਏ ਨੇ। ਸੋ ਇੱਕ ਐਨਾਲਿਸਿਸ ਜਿਹੜਾ ਉਹ ਆਇਆ ਪਿਛਲੇ ਦਿਨਾਂ 'ਚ ਕਿ ਇਹ ਨੇਪਾਲ ਦੇ ਨਾਲ ਭਾਰਤ ਦੀ ਗੜਬੜ ਕੀ ਹੈ, ਸੋ ਉਹਦੇ 7-8-9 ਨੁਕਤੇ ਨੇ। ਸੋ ਮੈਂ ਕੁਇਕਲੀ, ਮੈਨੂੰ ਉਹ ਆਰਟੀਕਲ ਚੰਗਾ ਲੱਗਾ, ਮੈਂ ਕਿਹਾ ਵੀ ਬਹੁਤ ਵਾਰ ਕਿਉਂਕਿ ਇੰਡੀਅਨ ਮੀਡੀਆ ਤਾਂ ਇਸ ਕਿਸਮ ਦੀਆਂ ਗੱਲਾਂ ਬਾਹਰ ਕੱਢਦਾ ਹੀ ਨਹੀਂ ਹੈ, ਉਹ ਤਾਂ ਉਹਨਾਂ ਨੇ ਪਹਿਲਾਂ ਤਾਂ ਇਵੇਂ ਬਣਾ ਦਿੱਤਾ ਸੀ ਜਿਵੇਂ ਸਾਰੇ ਨੇਪਾਲ ਦੇ ਲੋਕ ਰਾਈਟਿੰਗ ਕਰ ਰਹੇ ਨੇ ਜੀ ਸੰਵਿਧਾਨ ਸਾਨੂੰ ਮਨਜ਼ੂਰ ਨਹੀਂ। ਜਦੋਂ ਸਾਹਮਣੇ ਆਇਆ ਕਿ 90% ਫੋਰ ਨੇ, ਔਰ ਉਹਨਾਂ ਨੇ ਇੰਨਾ ਵਧੀਆ ਸੰਵਿਧਾਨ ਜਿਹੜਾ ਐਕਸਟਰਾ ਮਾਡਰਨ ਔਰ ਈਵਨ ਕੈਪੀਟਲ ਪਨਿਸ਼ਮੈਂਟ ਤੱਕ ਦਾ ਖਤਮ ਕਰਨਾ, ਜਾਂ ਈਵਨ
ਹਿੰਦੂਆਂ ਨੂੰ ਜਿਹੜੇ ਉਹ ਸਾਊਥ ਦੇ ਨੇ ਅਕੋਮੋਡੇਟ ਕਰਨ ਲਈ ਗਾਂ ਨੂੰ ਰਾਸ਼ਟਰੀ ਐਨੀਮਲ ਬਣਾਉਣਾ, ਹੁਣ ਇਹ ਵੀ ਉਹਨਾਂ ਨੂੰ ਪਸੰਦ ਨਹੀਂ ਆਇਆ। ਔਰ ਜਿਹੜਾ ਹੁਣ ਅਸੀਂ ਜਦੋਂ ਰੀਜ਼ਨ ਦੇਖਦੇ ਹਾਂ ਸਰਟਨਲੀ ਇਹ ਜਿਹੜੀ ਕੰਟਰੋਵਰਸੀ ਖੜੀ ਕੀਤੀ ਹੈ ਇਹਨਾਂ ਨੇ। ਦੂਸਰਾ ਪਾਰਟ ਜਿਹੜਾ ਹੈ ਨੇਪਾਲੀ ਜਿਸ ਕਰਕੇ ਇੰਡੀਅਨਸ ਤੋਂ ਜਾਂ ਇੰਡੀਆ ਤੋਂ ਖਫਾ ਹੁੰਦੇ ਨੇ ਕਿ ਇੰਡੀਆ ਦਾ ਬਿਗ ਬ੍ਰਦਰ ਐਟੀਚਿਊਡ ਹੈ ਵੱਡੇ ਭਰਾ ਵਾਲਾ। ਬਿਗ ਬ੍ਰਦਰ ਵੀ ਇਸ ਲਈ ਹੁੰਦਾ ਵੀ ਬਹੁਤ ਵਾਰੀ ਅਥਾਰਿਟੀ ਉਹਦੇ ਕੋਲ ਹੁੰਦੀ ਸੀ, ਰਾਈਟ ਆਫ ਸਕਸੈਸ਼ਨ ਵੀ ਉਹਦੇ ਕੋਲ ਹੁੰਦਾ ਸੀ, ਤੋ ਜਿਵੇਂ ਮਰਜ਼ੀ ਛੋਟਿਆਂ ਨੂੰ ਦਬਕਾਏ ਭਜਾਏ ਕੰਮ ਕਰੇ ਰਗੜੇ ਤੇ ਫਿਰ ਇਹ ਵੀ ਕਿਹਾ ਵੀ ਮੇਰੇ ਹੁਕਮ ਚ ਰਹੋ। ਸੋ ਉਹਨਾਂ ਦਾ ਹੈ ਕਿ ਵੀ ਤੁਸੀਂ ਠੀਕ ਹੈ ਨੇਬਰ ਹੋ ਸਾਡੇ।